ਪਰਦੇਸੀ ਲੋਕ ਵੀ ਬਹੁ ਇਨ ਦੇਖਣ ਵਾਲੇ ਮੇਰੇ ਵਿਊਅਰ ਬਹੁ ਇਨ ਕਿ ਪਰਦੇਸੀਆਂ ਵਾਸਤੇ ਤੁਹਾਡੀ ਗਜ਼ਲ ਲਿਖੀ ਹੈ ਤਾਂ ਉਸ ਵਕਤ ਸੁਣੋ। ਟਾਈਮ ਕੀਤਾ ਇਸੇ ਜਾਣਦੇ ਹੋ ਸੋ ਸਾਰੇ ਸਰੈਕੀ ਦੇ ਧਰਤੀ ਦਾ ਸਰੈਕੀ ਪੱਟੀ ਦਾ ਮਾਣ ਗੁਲਜ਼ਮਾਨ ਹਯਾਤ ਸਿੰਗਰ ਸਾਡੇ ਨਾਲ ਮੌਜੂਦ ਹਨ। ਦਬਲੇ ਦੇ ਉੱਤੇ ਸਾਡੇ ਨਾਲ ਮੌਜੂਦ ਉਸਤਾਦ ਅਨਵਾਰ ਸਾਹਿਬ, ਇਹਨਾਂ ਕੋਲ ਟਾਈਮ ਕੀਤਾ ਅਸੀਂ ਬਹੁ ਡਿਵਾਰਾਂ ਕੋਲ ਨਾ ਇਹਨਾਂ ਨਾਲ ਰਾਬਤੇ ਜਾ ਸੇ ਵੀ ਯਾਰ ਸਾਕੂ ਟਾਈਮ ਦਿਓ ਅਤੇ ਇਹਨਾਂ ਨੂੰ ਥੋੜ੍ਹੇ ਜਿਹੇ ਇੰਟਰਵਿਊ ਕਰੇ ਨੇ ਅਤੇ ਬਾਕੀ ਇਹਨਾਂ ਨੂੰ ਥੋੜ੍ਹਾ ਜਿਹਾ ਜਿਹੜਾ ਮਿਊਜ਼ਿਕ ਦਾ ਸੈਟਅਪ ਹੋ ਸੀ ਉਹੀ ਥੋੜ੍ਹਾ ਸੁਣਵੇ ਨੇ ਇਹਨਾਂ ਦੇ। ਅਸਲਾਮ ਵਾਲੇਕੁਮ ਸਰ। ਵਾਲੇਕੁਮ ਸਲਾਮ, ਕਿਵੇਂ ਹਾਲ ਹੈ? ਖੈਰ ਖਰੀਅਤ? ਅੱਲਾਹ ਪਾਕ ਦਾ ਕਰਾਂ, ਸ਼ੁਕਰ ਹੈ ਹਫੀਜ਼ ਸਾਹਿਬ, ਤੁਸੀਂ ਸੁਣੋ ਖੈਰ? ਅੱਲਾਹ ਪਾਕ ਦਾ ਸ਼ੁਕਰ ਹੈ ਯਾਰ, ਬਹੁਤ ਮਿਹਰਬਾਨੀ। ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਕੂ ਟਾਈਮ ਦਿੱਤਾ। ਅੱਲਾਹ ਪਾਕ ਤੁਹਾਨੂੰ ਇਸ ਤਰ੍ਹਾਂ ਨੇ ਸਾਕੂ ਇਹ ਦੱਸੋ, ਇਹ ਮੌਸੀਕੀ ਦਾ ਆਗਾਜ਼ ਤੁਸੀਂ ਕਦੋਂ ਕੋਲ ਕੀਤੇ? ਯਾਰ ਇਹ ਆਗਾਜ਼ ਤਾਂ ਇਹ ਆਉਂਦੇ ਕਿ ਦਿੱਲੀ ਜੋ ਸ਼ੌਕ ਹੁੰਦੀ ਉਹ ਬਚਪਨ ਕੇ ਲਈ ਹੁੰਦੀ ਹੈ। ਬਿਲਕੁਲ। ਤੇ ਇਹ ਫਨ ਨਾਲ ਜਿਹੜਾ ਤਲਕ ਥਾ ਉਹ 2000 ਤਕਰੀਬਨ 8-9 ਕੋਲ ਥਾ। ਅੱਛਾ, ਤੇ ਇਹ ਸ਼ੌਂਕ ਬਚਪਨ ਕੋ ਲਈ ਸਕੂਲ ਲਾਈਫ ਦੇ ਵਿੱਚ ਜਾਂ ਬਾਅਦ ਵਿੱਚ ਕੈਂ ਕੋ ਕੈਂ ਸਿੰਗਰ ਕੋ ਦੇਖ ਕੇ ਮੁਤਾਸਰ ਥਾ ਵੇ? ਜੇ ਨਹੀਂ, ਸ਼ੌਂਕ ਬਚਪਨ ਕੋ ਲਈ ਹੈ। ਅੱਛਾ ਅੱਛਾ। ਸਕੂਲ ਪੜ੍ਹਦੇ ਆਸੇ ਵੀ ਨਾਤਾਂ ਅੱਗਦੇ ਆਸੇ ਇਸੇ ਪਾਸੇ ਕਿਤੇ ਲੁੱਕ ਕੇ ਗਾਵਣ ਸ਼ਾਵਣ ਅੱਗਦੇ ਆਸੇ ਸ਼ਹੀਨ ਸਟੂਡੀਓ ਤੋਂ ਵੀ ਥੀ ਚੁੱਕਣ, ਬਾਕੀ ਵੀ ਬਹੁਤ ਸਾਰੇ ਜੱਟ ਪ੍ਰੋਡਕਸ਼ਨ ਵੀ ਬਹੁਤ ਸਾਰੇ ਜਿਨ੍ਹਾਂ ਤੋਂ ਰਿਲੀਜ਼ ਥੀ ਚੁੱਕਨ। ਤੁਹਾਡਾ ਉਸਤਾਦ ਜਿਹੜਾ ਹੈ ਮੂਸੀਕੀ ਦਾ ਉਸਤਾਦ ਜਿਹੜਾ ਹੈ ਉਹ ਜਿਹੜਾ ਤੁਹਾਡਾ ਪਰਮਾਨੈਂਟਲੀ ਉਸਤਾਦ ਹੈ, ਉਵੇਂ ਤਾਂ ਵੈਸੇ ਬਹੁਤ ਸਿੰਗਰ ਮਿਲਦੇ ਰਹਿਣ ਵਾਸਤੇ ਪੜ੍ਹਦਾ ਰਹਿੰਦਾ ਉਸਨੇ, ਜਿਹੜਾ ਤੁਹਾਡਾ ਉਸਤਾਦ ਹੈ ਮੂਸੀਕੀ ਦਾ ਉਹ ਕੌਣ ਹੈ? ਸਾਡਾ ਉਸਤਾਦ ਹੈ ਫਖਰ ਦਮਾਨ ਦੇ ਰਹਿਮਤੁੱਲਾ ਪਰਦੇਸੀ, ਉਹ ਸਾਡੇ ਸ਼ੱਕਰ ਦੇ ਉਸਤਾਦ ਹਨ। ਅੱਛਾ, ਮੈਂ ਕਹਿੰਦਾ ਉਹਨਾਂ ਕੋਲ ਜੋ ਕੁਝ ਕਿਹੜੀ ਜਾ ਦੇਣ ਗੰਡੀ ਮਰ ਖਾਨ ਗੰਡੀ ਮਰ ਖਾਨ ਰਹਿਮਤੁੱਲਾ ਉਸਤਾਦ, ਤੁਸੀਂ ਕਿਹੜੇ ਸਿੰਗਰ ਕੋਲ ਜ਼ਿਆਦਾ ਮੁਤਾਸਰ ਹੀ ਵੇ? ਇਹ ਜਿਹੜੇ ਸਾਰੇ ਡੇਰ ਅਸਮਲ ਖਾਨ ਦੇ ਵਿੱਚ ਜਿਤਨੇ ਸਿੰਗਰ ਵਧਣ ਜ਼ਿਆਦਾ ਤੁਹਾਡਾ ਯਾਨੀ ਕਿ ਫੇਵਰੇਟ ਇੱਕ ਆ ਗਏ ਨੂੰ, ਤੁਹਾਡਾ ਕਿਹੜਾ ਸਿੰਗਰ ਹੈ? ਸਾਡਾ ਫੇਵਰੇਟ ਸਿੰਗਰ ਅਮਜਦ ਨਵਾਜ਼ ਕਰ ਲਓ। ਅੱਛਾ, ਅਮਜਦ ਨਵਾਜ਼ ਕਰ ਲਓ। ਹੁਣ ਤੁਸੀਂ ਸਾਕੂੰ ਪਹਿਲੇ ਤਾਂ ਆਪਣੀ ਪਸੰਦ ਦੀ ਕੋ ਗਜ਼ਲ ਸੁਣਿਆ, ਸੋ ਸਾਰੇ ਦੇਖਣ ਵਾਲੇ ਨਾਜ਼ਰੀਨ ਕੋ ਆਪਣੀ ਪਸੰਦ ਦੀ ਜਿਹੜੀ ਤੁਹਾਕੂ ਮਜ਼ਾ ਲੈਂਦੀ ਹੋਈ, ਜਿਹੜੀ ਤੁਹਾਡੀ ਲਿਖੀ ਹੋਈ, ਜਿਹੜੀ ਤੁਹਾਕੂ ਆਪਕੂ ਮਜ਼ਾ ਲੈਂਦੀ ਉਹ ਗਜ਼ਲ ਸੁਣਿਆ ਸੋ ਪਹਿਲੇ ਤਾਂ। ਬਿਲਕੁਲ, ਸੁਣਾ ਦੇਣੇ। ਵਾਹ ਬੇ ਵਾਹ। Thank you.
ਅੱਛਾ ਵਾਹ ਜੀ ਵਾਹ ਨਾਜ਼ਰੀਨ ਤੁਸੀਂ ਗਜ਼ਲ ਸੁਣ ਕੇ ਗਿਧੀ ਇਹ ਜ਼ਿਆਦਤੀ ਹੈ ਅਗਲੀ ਗਜ਼ਲ ਹੁਣ ਜਿਹੜੀ ਤੁਸੀਂ ਸਾਰੇ ਪਰਦੇਸੀ ਲੋਕ ਵੀ ਬਹੁਤ ਦੇਖਣ ਵਾਲੇ ਮੇਰੇ ਵਿਵਰ ਬਹੁਤ ਕਿ ਪਰਦੇਸੀਆਂ ਵਾਸਤੇ ਤੁਹਾਡੀ ਗਜ਼ਲ ਲਿਖੀ ਹੈ ਤਾਂ ਉਸ ਵਕਤ ਸੁਣਾਓ ਇਹ ਸਾਡਾ ਦੋਸਤ ਹੈ ਯੂਨਸ ਖਾਨ ਬਲੋਚ ਇਹ ਬਹਿਰ ਦੁਬਈ ਚਾਹੁੰਦੇ ਮੇਰੇ ਖਿਆਲ ਹੂੰ ਆਪ ਕੋਈ ਆਪਣੇ ਹਾਲਾਤ ਜਿਵੇਂ ਇਨਸਾਨ ਦੇਵਨ ਤਾਂ ਉਹ ਸਾਰੇ ਉਵੇਂ ਲੱਗਦੇ ਹਨ ਅਤੇ ਉਹ ਪਰਦੇਸੀਆਂ ਦੇ ਬਾਰੇ ਇੱਕ ਗੀਤ ਲਿਖ ਦਿੱਤੇ ਸਾਕੂ ਅਤੇ ਉਹ ਤੁਹਾਡੀ ਨਜ਼ਰ ਅਸਾਂ ਪੇਸ਼ ਕਰਨ ਦੇ ਪਏ ਵਾਹ ਜੀ ਵਾਹ ਅੱਜ ਇਹ ਗਜ਼ਲ ਜਿਹੜਾ ਗੀਤ ਹੈ ਤੁਸੀਂ ਪਰਦੇਸੀਆਂ ਦੇ ਮਿਲਣਾ ਹੀ ਤਾਂ ਮਿਲਵਾਂ ਮਾਈ ਸਾਡੀ ਮਿਹਨਤ ਕੱਲ੍ਹ ਪਰਦੇਸੀ ਟੁਰ ਵੰਜਣਾ ਹੈ ਛੁੱਟੀਆਂ ਹੋ ਗਈਆਂ ਪੂਰੀਆਂ ਇਹ ਗਾਣਾ ਗੀਤ ਤੁਹਾਡੇ ਪਰਦੇਸੀਆਂ ਦੇ ਨਾਮ ਆਈ ਅਤੇ ਹੁਣ ਆਖਰੀ ਗੀਤ ਗੁਲਜ਼ਮਾਨ ਭਾਈ ਕੋਲ ਸੁਣਦੇ ਪਏ ਹਾਂ ਆਖਰੀ ਗੀਤ ਅਤੇ ਇਹਨਾਂ ਕੋਲ ਇਜਾਜ਼ਤ ਚਾਹੂੰ ਬਹੁਤ ਸ਼ੁਕਰੀਆ ਗੁਲਜ਼ਮਾਨ ਭਾਈ ਅੱਲਾ ਪਾਕ ਤੋਂ ਗੁਜ਼ਰਤਾ ਰਹੇ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਅਤੇ ਆਖਰੀ ਗਜ਼ਲ ਜਿਵੇਂ ਤੱਤੀ ਬੜਕਦੀ ਮਜ਼ਾਰ ਦੀਆਂ ਸਾਰੇ ਕੋਈ ਡੋੜਾ ਬੇਵਫਾਵਾਂ ਦੇ ਨਾਵੇਂ ਕੋਈ ਡੋੜਾ ਹੀ ਤਾਂ ਬੇਵਫਾਵਾਂ ਦੇ ਨਾਵੇਂ ਸਾਰੇ ਮੈਂ ਯਾਰ ਇਨ ਜਿਹੜੇ ਸਾਡੇ ਨਾਲ ਜਿਹੜੇ ਨਾ ਬੇਵਫਾਈ ਕੀਤੀ ਵਧੇ ਤਾਂ ਉਹਨਾਂ ਦੀ ਨਜ਼ਰ ਕੋਈ ਡੋੜਾ ਸਾਕ ਸੁਣਾ ਦੇ ਕਲੀ ਦੇਂਦਾ ਵਦਾਏ
ਗਾਲੀ ਦਿੰਦਾ ਵਦਾ ਹੈ ਅੱਲਾ ਜਾਣਦਾ ਹੈ ਕਹਿੰਦਾ ਮਨ ਅੱਛੇ ਫਲ ਅੱਛੇ ਇਨਸ਼ਾਅੱਲਾ ਕਮਲ ਦਾਸਨ।